ਸ਼ੰਭੂਸਰ ਹੈੱਤੀ ਪਿਛਲੇ 131 ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਚ ਐਤਵਾਰ ਨੂੰ ਸਰਹੱਦ ਦੇ ਆਸ-ਪਾਸ ਦੇ ਪਿੰਡਾਂ ਦੇ ਸੈਂਕੜੇ ਲੋਕ ਉੱਥੇ ਪਹੁੰਚ ਗਏ ਤੇ ਕੱਗਰ ਤੋਂ ਰਸਤਾ ਦੇਣ ਦੀ ਮੰਗ ਕਰਦੇ ਹੋਏ ਕਾਫੀ ਹੰਗਾਮਾ ਕੀਤਾ ਪਿੰਡ ਕੱਗਰ ਸਰਾਏ ਦੇ ਸਾਬਕਾ ਸਰਪੰਚ ਕਰਨੈਲ ਸਿੰਘ ਨੇ ਦੱਸਿਆ ਕਿ ਇੱਕ ਹਫਤਾ ਪਹਿਲਾਂ ਵੀ ਆਸ-ਪਾਸ ਦੇ ਪਿੰਡਾਂ ਦੇ ਲੋਕ ਅੰਦੋਲਨ ਦੀ ਅਗਵਾਈ ਕਰਦੇ ਕਿਸਾਨਾਂ ਨੂੰ ਸਰਵਨ ਸਿੰਘ ਪੰਦੇਰ ਨੂੰ ਮਿਲੇ ਸੀ ਤੇ ਉਹਨਾਂ ਨੂੰ ਮੰਗ ਪੱਤਰ ਦੇ ਕੇ ਰਸਤਾ ਦੇਣ ਦੀ ਮੰਗ ਕੀਤੀ ਸੀ। ਉਹਨਾਂ ਦੀ ਮੰਗ ਇਹ ਸੀ ਕਿ ਦੋ ਪਹੀਆ ਵਾਹਨਾਂ ਨੂੰ ਅੰਬਾਲਾ ਜਾਣ ਲਈ ਸ਼ੰਭੂ ਸਰਹੱਦ ਤੇ ਰਸਤਾ ਦਿੱਤਾ ਜਾਵੇ ਤਾਂ ਜੋ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦਾ ਕਾਰੋਬਾਰ ਚੱਲ ਸਕੇ। ਇੱਕ ਹਫ਼ਤਾ ਬੀਤ ਜਾਣ ਤੇ ਵੀ ਉਹਨਾਂ ਨੂੰ ਰਾਹ ਨਹੀਂ ਦਿੱਤਾ ਗਿਆ। ਉਹਨਾਂ ਦੱਸਿਆ ਕਿ ਆਸ-ਪਾਸ ਦੇ 25 ਤੋਂ 30 ਪਿੰਡਾਂ ਦੇ ਸੈਂਕੜੇ ਲੋਕਾਂ ਨੂੰ ਸਿਰਫ 5 ਤੋਂ 7 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅੰਬਾਲਾ ਜਾਣਾ ਪੈਂਦਾ। ਜਦੋਂ ਕਿ ਰਾਜਪੁਰਾ ਵਿੱਚ ਹਸਪਤਾਲ ਤੱਕ ਰਾਸ਼ਨ ਲੈਣ ਲਈ 25 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅੰਬਾਲਾ ਜਾਣਾ ਪੈਂਦਾ ਹੈ। 2 ਦਿਨ ਪਹਿਲਾਂ ਪਿੰਡ ਤੀਪਲਾ ਦੀ ਰਹਿਣ ਵਾਲੀ ਇੱਕ ਔਰਤ ਨੂੰ ਬਿਮਾਰ ਪਹਿਚਾਨ ਤੇ ਕੱਚੀ ਸੜਕ ਰਾਹੀਂ ਅੰਬਾਲਾ ਦੇ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਾਹ ਨਾ ਮਿਲਣ ਕਰਕੇ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਪਿੰਡ ਰਾਜਕੜ ਦੇ ਪਰਮਜੀਤ ਸਿੰਘ ਦੀ ਅੰਬਾਲਾ ਲੈ ਜਾਂਦੇ ਸਮੇਂ ਰਸਤੇ ਦੇ ਵਿੱਚ ਹੀ ਕਾਫੀ ਹਾਲਤ ਖਰਾਬ ਹੋ ਗਈ ਜਿਸ ਕਾਰਨ ਉਹ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ ਜਿਸ ਕਾਰਨ ਸਰਹੱਦ ਤੇ ਬੈਠੇ ਕਿਸਾਨ ਚਾਹੁੰਦੇ ਸੀ ਕਿ ਉਸ ਨੂੰ ਕੱਗਰ ਦਰਿਆ ਵਿੱਚੋਂ ਲੰਘਣ ਦਾ ਰਾਹ ਦਿੱਤਾ ਜਾਵੇ ਜਦੋਂ ਆਸ-ਪਾਸ ਦੇ ਲੋਕ ਸਰਹੱਦ ਤੇ ਕਿਸਾਨਾਂ ਦੀ ਸਟੇਜ ਦੇ ਨੇੜੇ ਆ ਕੇ ਗੱਲਬਾਤ ਕਰ ਰਹੇ ਸੀ ਤਾਂ ਦੋਵੇਂ ਥਿਰਾਂ ਵਿੱਚ ਚਾਲੇ ਕਾਫੀ ਨੋਕ-ਚੋਕ ਹੋਈ ਜਿਸ ਤੋਂ ਬਾਅਦ ਦੋਵੇਂ ਪਾਸਿਆਂ ਤੋਂ ਮਾਹੌਲ ਤਣਾਪੂਰਨ ਹੋਣ ਤੋਂ ਬਾਅਦ ਕੁਝ ਲੋਕਾਂ ਨੇ ਦਖਲ ਦਿੱਤਾ ਆਸ-ਪਾਸ ਦੇ ਪਿੰਡਾਂ ਦੇ ਸੈਂਕੜੇ ਲੋਕਾਂ ਨੇ ਤੇਪਲਾ ਬਨੂੜ ਰੋਡ ਜਾਮ ਕਰ ਦਿੱਤਾ ਕਰੀਬ ਅੱਧਾ ਘੰਟਾ ਸੜਕ ਤੇ ਜਾਮ ਲੱਗਿਆ ਰਿਹਾ ਫਿਰ ਤੋਂ ਅੰਦੋਲਨਕਾਰੀਆਂ ਨੂੰ ਇੱਕ ਹਫਤੇ ਦਾ ਅਲਟੀਮੇਟਮ ਦੇ ਕੇ ਧਰਨਾ ਚੁੱਕ ਲਿਆ ਗਿਆ ਸਾਬਕਾ ਸਰਪੰਚ ਕਰਨੈਲ ਸਿੰਘ ਨੇ ਕਿਹਾ ਕਿ ਜੇਕਰ ਅਗਲੇ ਐਤਵਾਰ 30 ਜੂਨ ਤੱਕ ਉਹਨਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਕਰਨਗੇ ਸ਼ੰਭੂ ਸਿੰਘ ਅਤੇ ਪਿਛਲੇ 131 ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਚ ਐਤਵਾਰ ਨੂੰ ਸਰਹੱਦ ਦੇ ਆਸ-ਪਾਸ ਦੇ ਪਿੰਡਾਂ ਦੇ ਸੈਂਕੜੇ ਲੋਕ ਉੱਥੇ ਪਹੁੰਚ ਗਏ ਤੇ ਕੱਗਰ ਤੋਂ ਰਸਤਾ ਦੇਣ ਦੀ ਮੰਗ ਕਰਦੇ ਹੋਏ ਕਾਫੀ ਹੰਗਾਮਾ ਕੀਤਾ ਪਿੰਡ ਕੱਗਰ ਸਰਾਏ ਦੇ ਸਾਬਕਾ ਸਰਪੰਚ ਕਰਨੈਲ ਸਿੰਘ ਨੇ ਦੱਸਿਆ ਕਿ ਇੱਕ ਹਫਤਾ ਪਹਿਲਾਂ ਵੀ ਆਸ-ਪਾਸ ਦੇ ਪਿੰਡਾਂ ਦੇ ਲੋਕ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨਾਂ ਨੂੰ ਸਰਵਨ ਸਿੰਘ ਪੰਦੇਰ ਨੂੰ ਮਿਲੇ ਸੀ ਤੇ ਉਹਨਾਂ ਨੂੰ ਮੰਗ ਪੱਤਰ ਦੇ ਕੇ ਰਸਤਾ ਦੇਣ ਦੀ ਮੰਗ ਕੀਤੀ ਸੀ ਉਹਨਾਂ ਦੀ ਮੰਗ ਇਹ ਸੀ ਕਿ ਦੋ ਪਈਆ ਵਾਹਨਾਂ ਨੂੰ ਅੰਬਾਲਾ ਜਾਣ ਲਈ ਸ਼ੰਭੂ ਸਰਹੱਦ ਤੇ ਰਸਤਾ ਦਿੱਤਾ ਜਾਵੇ ਤਾਂ ਜੋ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦਾ ਕਾਰੋਬਾਰ ਚੱਲ ਸਕੇ